ਪੰਜਾਬ ਦੇ ਹਾਲਾਤ ਦਾ ਕਾਫੀ ਸਮੇਂ ਤੋਂ ਠੀਕ ਅਫਸੋਸ ਹੈ ਸਾਡੇ ਜਿਹੜੇ ਲੈਜਿਸਲੇਚਰ ਨੇ ਉਹ ਆਪਣੇ ਵੱਲ ਦੇਖਣ ਲੱਗੇ ਪੰਜਾਬ ਦੇ ਲੋਕਾਂ ਨੂੰ ਭੁੱਲ ਗਏ ਮਾਫ ਕਰ ਲਓ ਔਰ ਚਾਰ ਸਾਲ ਗੁਜ਼ਰ ਗਏ ਹੁਣ ਕੁਛ ਲੋਕ ਬੋਲੇ ਨੇ ਉਹ ਵੀ ਆਪਣੇ ਪ੍ਰਲੋਭਨ ਲਈ ਸ਼ਾਇਦ ਮਿਨਿਸਟਰੀ 'ਚ ਬਦਲ ਰੱਦੋ ਬਦਲ ਹੋਣਾ ਕੋਈ ਅਹੁਦੇਦਾਰ ਬਦਲਣੇ ਆ ਸ਼ਾਇਦ ਸਾਨੂੰ ਰੌਲਾ ਪਾਏ ਅਤੇ ਕੁਛ ਮਿਲ ਜਾਵੇ ਉਹ 4 ਸਾਲ ਚੁੱਪ ਕਿਉਂ ਰਹੇ ਨੇ ਅਫਸੋਸ ਤਾਂ ਇਸ ਗਾ ਜਿਹੜੇ ਸਹੀ ਨੁਮਾਇੰਦੇ ਹੁੰਦੇ ਨੇ ਨਵਾਂ ਲੋਕਾਂ ਦੇ ਨੁਮਾਇੰਦੇ ਹੁੰਦੇ ਨੇ ਉਹ ਚੁੱਪ ਕਰਕੇ ਨਹੀਂ ਬਹਿੰਦੇ ਕਦੇ ਚੁੱਪ ਹੋ ਜਾਂਦੇ ਨੇ ਕਦੇ ਮੌਨ ਵਰਤ ਖੋਲ੍ਹ ਲੈਂਦੇ ਨੇ ਇਹ ਨਹੀਂ ਹੋਣਾ ਚਾਹੀਦਾ ਅਗਰ ਲੀਡਰ ਹੈ ਲੋਕਾਂ ਨੇ ਠੀਕ ਹੈ ਐੱਮ ਐੱਲ ਏ ਤਾਂ ਵੈਸੇ ਵੀ ਬਣ ਜਾਂਦਾ ਪਰ ਚਾਂਸ ਵੀ ਬਣ ਜਾਂਦਾ ਐੱਮ ਐੱਲ ਏ ਤਾਂ ਪਰ ਚਾਂਸ ਵੀ ਬਣ ਜਾਂਦਾ ਜੇ ਇੰਨੇ ਬੜੇ ਲੀਡਰ ਹੈ ਆਪਣੇ ਆਪ ਨੂੰ ਮੰਨਦੇ ਨੇ ਤਾਂ ਲੋਕਾਂ 'ਚ ਚਲੇ ਜਾਣ ਫਿਰ ਅਸੀਂ ਇਹੀ ਹਾਂ ਅਮਰਿੰਦਰ ਸਿੰਘ ਦੇ ਸਲਾਹਕਾਰ ਹਾਂ ਰਾਏ ਬਜਾਏ ਚੰਗੀ ਸਲਾਹ ਦਿੰਦੇ ਹਾਂ ਕਈਆਂ ਦੀ ਉਹ ਮੰਨ ਲੈਂਦਾ ਕਈਆਂ ਦੀ ਨਹੀਂ ਮੰਨਦਾ ਸਲਾਹਕਾਰ ਤਾਂ ਉਹ 'ਚ ਮੈਂ ਵੀ ਵਿੱਚੀ ਲੋਕ ਸਾਨੂੰ ਪੁੱਛਦੇ ਨੇ ਵੀ ਤੁਸੀਂ ਵਾਅਦੇ ਕੀਤੇ ਅਤੇ ਪੂਰੇ ਕਿਉਂ ਨਹੀਂ ਕੀਤੇ ਆਹ 15 ਲੱਖ ਸ਼ਡਿਊਲ ਕਾਸਟ ਬੱਚਿਆਂ ਦੀ ਜ਼ਿੰਦਗੀ ਤਬਾਹ ਹੋਈ ਹੈ ਤਬਾਹ ਹੋਈ ਹੈ ਹਜੇ ਇਹ ਕਿਉਂ ਹੋਈ ਹੈ ਔਰ ਉਹਦੇ ਬਾਅਦ ਜਿਹੜੀ ਜ਼ਹਿਰੀਲੀ ਸ਼ਰਾਬ ਨਾ ਮਰੇ ਨਹੀਂ ਇਹਨਾਂ 'ਤੇ ਕੋਈ ਐਕਸ਼ਨ ਨਹੀਂ ਹੁਣ ਵੀ ਵਕਤ ਹੈ ਜੇ ਕੁਛ ਨਾ ਕੁਛ ਚੰਗੇ ਰਿਫਾਰਮ ਕੀਤੇ ਜਾਣਗੇ ਤਾਂ ਉਹਦੇ ਨਾਲ ਫੇਸ ਸੇਵਿੰਗ ਹੋਜੂਗੀ ਪਾਰਟੀ ਦੀ ਹੋ ਸਕਦਾ ਕੋਈ ਮਜ਼ਬੂਤੀ ਹੋ ਆਹ ਕੁਛ ਮਾਣ ਦਲ ਬਦਲੂਗਾ ਵੀ ਪਾਇਆ ਹੋਇਆ ਕਾਂਗਰਸੀ ਤਾਂ ਵਿਚਾਰੇ ਰੋਇਲ ਨੇ ਉਹ ਤਾਂ ਕ੍ਰਾਈਸਿਸ 'ਚ ਹਮੇਸ਼ਾ ਬਾਰੇ ਦਿਨਾਂ 'ਚ ਹੀ ਰਹੇ ਨੇ ਕਾਂਗਰਸ ਨਾਲ ਰਹੇ ਨੇ ਉਹ ਤਾਂ ਨਾਲ ਅਸੀਂ ਤਾਂ ਕਾਂਗਰਸ ਨੂੰ ਕੈਸੇ ਮਜ਼ਬੂਤ ਕਰਨਾ ਮੈਂ ਜਿਹੜੀ ਕਰ ਰਿਹਾ ਕਾਂਗਰਸ ਨੂੰ ਚਾਹੀਦਾ ਇਹ ਹੁਣ ਲੋਕਾਂ ਨੇ ਵਾਅਦੇ ਕੀਤੇ ਹੁਣ ਮੁੱਖ ਮੰਤਰੀ ਸਾਹਿਬ ਪੂਰੇ ਕਰ ਔਰ ਕਾਂਗਰਸ ਜਿਹੜੀ ਹੈ ਜਿੱਥੇ ਕਾਂਗਰਸ ਦੀ ਔਰ ਸਰਕਾਰ ਵੀ ਦੋਨੇ ਲੋਕਡਾਊਨ 'ਚ ਲੋਕਡਾਊਨ ਤਾਂ ਪਿਛਲੇ ਸਾਲ ਸ਼ੁਰੂ ਹੋਇਆ ਇਹ ਤਾਂ 5 ਸਾਲ ਤੋਂ ਲੋਕਡਾਊਨ 'ਚ ਕਾਂਗਰਸ ਮੈਨ ਹੈ ਜੋ ਟਕਸਾਲੀ ਹੈ ਜੋ ਜਿਨਕੋ ਸਾਈਡਲਾਈਨ ਕੀਆ ਜਿਨਕੋ ਕਾਰਨਰ ਕੀਆ ਹੁਆ ਉਨਕੋ ਮੇਨ ਸਟ੍ਰੀਮ ਮੇਂ ਲਾਏ ਉਨਸੇ ਕਾਮ ਲੇ ਤਾਕੇ ਪਾਰਟੀ ਮਜ਼ਬੂਤ ਹੋ ਔਰ ਜੋ ਇਹ ਦਲ ਬਦਲੂ ਹੈ ਉਨਕੋ ਲਾਜ਼ਮੀ ਲਗਾਓ ਤੋ ਨੁਕਸਾਨ ਤਾਂ ਹੁਆ ਹੈ ਹੋਊਗਾ ਉਸਕੋ ਕੈਸੇ ਭਰਪਾਈ ਹੋ ਸਕਤੀ ਹੈ ਉਸਕੇ ਲੀਏ ਹਮ ਆਏ ਹੈ ਕਿ ਅਬ ਵੀ ਵਕਤ ਹੈ ਅਬ ਵੀ ਉਸਕੋ ਠੀਕ ਕੀਆ ਜਾ ਸਕਤਾ ਹੈ ਕਿਉਂਕਿ ਕਾਂਗਰਸ ਜੋ ਖੜੀ ਹੈ ਜੋ ਕ੍ਰਾਈਸਿਸ ਮੇਂ ਕਾਂਗਰਸ ਕੇ ਸਾਥ ਰਹੇ ਹੋ ਅਬ ਵੀ ਕਾਂਗਰਸ ਕੇ ਸਾਥ ਖੜੇਂਗੇ ਐਸੀ ਬਾਤ ਨਹੀਂ ਹੈ ਉਹ ਕਾਂਗਰਸ ਹੀ ਹੈ ਉਹ ਨਾਰਾਜ਼ ਜ਼ਰੂਰ ਹੈ ਪਰ ਜਬ ਤਕਲੀਫ ਹੋਤੀ ਹੈ ਜਬ ਕ੍ਰਾਈਸਿਸ ਹੋਗਾ ਤੋ ਕਾਂਗਰਸ ਮੇਂ ਆਏਗੇ ਔਰ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਕੇ ਸਾਥ ਖੜੇ ਹੋਗੇ ਦੇਖੋ ਇਹ ਹਮ ਸਭ ਕੀ ਜ਼ਿੰਮੇਵਾਰੀ ਹੈ ਮੈਂ ਵੀ ਉਸ ਮੇਂ ਹੀ ਆਤਾ ਹੂੰ ਕਿਉਂਕਿ ਮੈਂ ਵੀ ਕਾਂਗਰਸ ਲੋਕੋ ਕੋ ਹਮ ਜਵਾਬ ਦੇ ਹੈ ਇਸ ਲਈ ਦੇਰ ਆਏ ਜ਼ਰੂਰਤ ਅਬ ਵੀ ਵਕਤ ਹੈ ਅਬ ਵੀ ਹਮ ਅਬ ਸੇ ਇੰਪਰੂਵ ਕਰ ਸਕਤੇ ਹੈ ਸਕੋਲਰਸ਼ਿਪ ਕਾ ਮੁੱਦਾ ਹੋ ਚਾਹੇ ਸ਼ਰਾਬ ਕਾ ਮੁੱਦਾ ਹੋ ਲਗਾਤਾਰ ਆਪ ਮੁੱਦੇ ਉਠਾਤੇ ਰਹੇ ਲਗਤਾ ਹੈ ਕਿ ਇਨ ਲੋਗੋ ਪਰ ਜੋ ਇਸ ਮੇਂ ਜ਼ਿੰਮੇਦਾਰ ਤੇ ਉਨਕੇ ਉਪਰ ਕੋਈ ਕਾਰਵਾਈ ਨਹੀਂ ਹੋਈ ਇਸ ਲਈ ਨਾਰਾਜ਼ਗੀ ਲੋਗੋ ਕੇ ਅੰਦਰ ਹੈ ਮੇਰੇ ਸਭ ਤੱਕ ਕਿ ਸਰਕਾਰ ਮੇਂ ਕੁਛ ਐਸੇ ਲੋਕ ਹੈ ਜੋ ਸਮਗਲਰਾਂ ਨੂੰ ਕੋਈ ਸਾਥ ਮਿਲੇ ਹੋਏ ਹੈ ਦੇਖੋ ਰਾਹੁਲ ਗਾਂਧੀ ਜੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਸਾਡੇ ਲੀਡਰ ਨੇ ਸਾਰੀ ਫੀਡਬੈਕ ਲੈ ਕੇ ਉਹਨਾਂ ਨੇ ਜੋ ਵੀ ਫੈਸਲਾ ਲੈਣਾ ਹਾਈ ਕਮਾਂਡ ਸਕਸ਼ਮ ਫੈਸਲਾ ਲੈਣ ਜੋ ਫੈਸਲਾ ਲਓ ਕਾਂਗਰਸ ਦਾ ਵਰਕਰ ਕਾਂਗਰਸ ਦਾ ਲੀਡਰ ਉਹ ਫੈਸਲਾ ਲਓ ਦੁੱਲੋ ਸਾਹਿਬ ਕਹਿੰਦੇ ਨੇ ਕੈਪਟਨ ਸਾਹਿਬ ਤਾਂ ਆਪ ਪਾਰਟੀ ਬਦਲ ਕੇ ਆਏ ਨੇ ਉਹਨਾਂ ਦੀ ਗੱਲ ਕੀ ਸੁਣੀ ਇਹ ਦੁੱਲੋ ਸਾਹਿਬ ਦੇ ਆਪਣੇ ਪਰਸਨਲ ਬਿਆਨ ਹੋ ਸਕਦੇ ਨੇ ਕਿਉਂਕਿ ਮੈਂ ਤਾਂ ਇੱਕ ਬਹੁਤ ਛੋਟਾ ਲੀਡਰ ਹਾਂ ਉਹ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਹੇ ਨੇ ਮੰਤਰੀ ਰਹੇ ਨੇ ਰਾਜ ਸਭਾ ਮੈਂਬਰ ਨੇ ਉਹਨਾਂ ਦੀ ਪਰਸਨਲ ਰਹਿ ਕੀ ਆ ਮੈਂ ਨਹੀਂ ਉੱਥੇ ਕਿੰਤੂ ਪਰੰਤੂ ਕਰ ਸਕਦਾ ਪਰ ਅਸੀਂ ਕਾਂਗਰਸ ਹਾਈ ਕਮਾਂਡ ਨਾਲ ਕਾਂਗਰਸ ਪਾਰਟੀ ਜੋ ਫੈਸਲਾ ਲੂ ਪਾਰਟੀ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਖੁੱਲ੍ਹ ਕੇ ਖਿਲਾਫਤ ਕਰ ਰਹੇ ਨੇ ਮੁੱਖ ਮੰਤਰੀ ਜੀ ਦੇਖੋ ਜਿਹੜੀ 100 ਗੱਲਾਂ ਦੀ ਇੱਕ ਗੱਲ ਆ ਵੀ ਹਾਈ ਕਮਾਂਡ ਜੋ ਵੀ ਫੈਸਲਾ ਲਓ ਹਾਈ ਕਮਾਂਡ ਦੇ ਨਾਲ ਅਸੀਂ ਕਾਂਗਰਸ ਪਾਰਟੀ ਦੇ ਸਿਪਾਹੀਆਂ ਤੇ ਕਾਂਗਰਸ ਪਾਰਟੀ 2022 'ਚ ਵਿਧਾਨ ਸਭਾ ਜਿੱਤ ਕੇ ਦੁਬਾਰਾ ਕਾਂਗਰਸ ਦੀ ਸਰਕਾਰ ਲੀਡਰਸ਼ਿਪ ਲੀਡਰਸ਼ਿਪ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਫੈਸਲਾ ਕਰ ਸਰ ਜਿਸ ਤਰੀਕੇ ਨਾਲ ਆਪਸੀ ਕਲੇਸ਼ ਮਚਿਆ ਹੋਇਆ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਵੱਖਰਾ ਫਰੰਟ ਖੋਲ ਕੇ ਬੈਠੇ ਹੋਏ ਨੇ ਇੱਥੋਂ ਤੱਕ ਕਿ ਦਲ ਬੰਦੂ ਤਾਂ ਕਹਿ ਗਏ ਸ਼ਮਸ਼ੇਰ ਸਿੰਘ ਦੁੱਲੋ ਕੈਪਟਨ ਅਮਰਿੰਦਰ ਸਿੰਘ ਨੂੰ ਦੇਖੋ ਜੀ ਮੈਂ ਕਿਸੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਲੇਕਿਨ ਇਹਨਾਂ ਜ਼ਰੂਰ ਕਹਾਂਗਾ ਸਾਨੂੰ ਸਭ ਨੂੰ ਟਿੱਪਣੀ ਕਰਨ 'ਤੇ ਗਰੇਜ਼ ਕਰਨਾ ਚਾਹੀਦਾ ਇਹ ਸੁਪਰੀਮ ਕੋਰਟ 'ਚ ਹੈ ਕੇਸ ਪੀਐਮ ਸਾਹਿਬ ਦਿੱਲੀ ਆਏ ਸੀਗੇ ਮਿਲੇ ਨਹੀਂ ਨਾ ਰਾਹੁਲ ਗਾਂਧੀ ਨੂੰ ਨਾ ਸੋਨੀਆ ਗਾਂਧੀ ਨੂੰ ਇਹਨਾਂ ਬੜੇ ਉਸ ਨਾਲ ਦੇਖਿਆ ਜਾ ਰਿਹਾ ਕਿ ਜਦੋਂ ਮੁੱਖ ਮੰਤਰੀ ਮਿਲਦੇ ਨੇ ਕਿਸੇ ਨੂੰ ਦੱਸਦੇ ਤੁਸੀਂ ਦੇਖ ਸਕਦੇ ਹੋ ਨਹੀਂ ਦੱਸਦੇ
ਜਦੋਂ ਨਹੀਂ ਮਿਲਦੇ ਉਹਦੇ ਤੁਸੀਂ ਦੱਸ ਦਿਓ ਕਿ ਨਹੀਂ ਲੇਕਿਨ 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 ਸੋੜੀ ਸਾਹਿਬ ਜਿਸ ਤਰੀਕੇ ਸੋੜੀ ਨਹੀਂ ਆ ਪਹਿਲਾਂ ਦਾ ਲਵ ਜਵਾਬ ਅੱਛਾ ਅੱਛਾ ਸਰ ਜੀ ਮੈਨੂੰ ਪ੍ਰੋਜੈਕਟ ਦੀ ਗੱਲ ਕੱਲ ਕਰ ਨਹੀਂ ਨਹੀਂ ਆਈ ਐਮ ਰਾਣਾ ਗੁਰਜੀਤ ਸਿੰਘ ਰਾਣਾ ਸਰ ਜਿਸ ਤਰੀਕੇ ਸੇ ਕਾਂਗਰਸ ਮੇਂ ਵਿਵਾਦ ਹੋ ਰਿਹਾ ਹੈ ਲਗਤਾ ਨਹੀਂ 2022 ਮੇਂ ਇਸਕਾ ਨੁਕਸਾਨ ਹੋਗਾ ਕੁਝ ਦਿਨ ਰੁਕੋ ਤੁਸੀਂ ਆਪ ਹੀ ਬੋਲੋਗੇ ਕਿ ਬਹੁਤ ਅੱਛਾ ਹੋ ਰਿਹਾ ਹੈ।